ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿੰਨੇ ਤੁਸੀਂ ਆਇਓ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਪਾਂ ਤੇ ਆਪਣੇ ਚੈਨਲ ਦਾ WhatsApp ਨੰਬਰ ਜਰੂਰ ਨੋਟ ਕਰ ਲਿਓ ਜੇ ਤੁਹਾਡੇ ਕੋਲੇ ਗੱਡੀ ਹੈ ਵੇਚਣੀ ਹੈ ਤੁਸੀਂ ਕੋਠੀਆਂ ਮਕਾਨ ਹੈ ਘਰ ਹੈ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਤਾਂ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 7814038764 ਉਸ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਜਲਦੀ ਹੀ ਐਡ ਤੁਹਾਡੀ ਲੱਗ ਚੁਗੀ ਤੇ ਹੁਣ ਆਪਾਂ ਕਰਾਂਗੇ ਆਪਣੀ ਵੀਡੀਓ ਦੀ ਗੱਲਬਾਤ ਜੀ ਆਪਣੀ ਵੀਡੀਓ ਕਾਫੀ ਗੱਡੀਆਂ ਪਹੁੰਚੇ ਨੇ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਸਾਰੀ ਗੱਡੀਆਂ ਦੀ ਕਰਦੇ ਆਪਾਂ ਗੱਲਬਾਤ ਪਹਿਲੀ ਗੱਡੀ ਤੁਸੀਂ ਦੇਖੋ ਜੀ ਵਰਨਾ ਆਪਾਂ ਲੈ ਕੇ ਆਇਆ 2013 ਮਾਡਲ ਗੱਡੀ ਆ ਦੂਜੀ ਓਨਰ ਹੈ ਰਾਮਪੁਰਾ ਏਰੀਆ ਤੇ 55 ਸੜ ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ 3,75,000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਵਾਈਟ ਕਲਰ ਚ ਗੱਡੀ ਆ ਨਾ ਤਾਂ ਕੋਈ ਐਕਸੀਡੈਂਟ ਹੋਈ ਆ ਮਾੜੇ ਮੋٹے ਸਕ੍ਰੈਚ ਹੋ ਸਕਦੇ ਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਸਾਰੀ ਗੱਡੀ ਜੈਨੂਮਨ ਕੰਡੀਸ਼ਨ ਦੀ ਨਮੀ ਪਈ ਹੈਗੀ ਨੰਬਰ ਕਰੋ ਜੀ ਨੋਟ ਜਿੰਨਾ ਦੀ ਗੱਡੀ ਹੈ 97791 39084 ਦੂਜੀ ਗੱਡੀ ਤੁਸੀਂ ਦੇਖੋ ਹੁਣ ਦੂਜੀ ਗੱਡੀ ਆਪਣੇ ਕੋਲੇ Honda ਦੀ ਪਹੁੰਚੀ ਹੈ Honda ਦੀ ਗੱਡੀ ਹੈ ਜੀ ਤੇ ਗੱਡੀ ਦਾ ਜਿਹੜਾ ਮਾਡਲ ਹੈ ਮਾਡਲ 6 ਹੈ 88000 ਡਿਮਾਂਡ ਹੈ ਕਪੂਰਥਲੇ ਏਰੀਆ ਚੋਂ ਆਪਣੇ ਕੋਲੇ ਗੱਡੀ ਆਹ ਪਹੁੰਚੀ ਹੈ ਜੇ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਤਾ ਮਾਡਲ 6 ਹੈ ਪਰ ਕੰਡੀਸ਼ਨ ਮਾਲਕ ਨੇ ਵਧੀਆ ਰੱਖੀ ਹੈ ਗੱਡੀ ਦੀ ਚਲਾਈ ਵਧੀਆ ਤੇ ਟਾਇਰ ਪੈ ਨੇ 75 80 ਪੈਸੇ ਜੇ ਆਪਾਂ ਗੱਡੀ ਦੇ ਕਲਰ ਦੀ ਗੱਲ ਕਰੀਏ ਠੀਕ ਪਿਆ ਸੀ 88000 ਮੰਗ ਜੇ ਆਪਾਂ ਅੰਦਰੋਂ ਗੱਲ ਕਰੀਏ ਸਾਰਾ ਕੁਝ ਵਧੀਆ ਮਿਲੂ ਆਪਾਂ ਨੂੰ ਸੀਟ ਕਵਰ ਮੈਟਿੰਗ ਵਗੈਰਾ ਚੀ ਤੇ ਏਸੀ ਹੀਟਰ ਵਰਕਿੰਗ ਚ ਹੈ ਸਰਵਿਸ ਉਰ ਵੀ ਸਾਰੀ ਮਾਲਕ ਨੇ ਕਰਵਾਈ ਹੋਈ ਹੈ ਨੰਬਰ ਕਰ ਲਓ ਨੋਟ 87200 7865910 ਤੇ ਹੁਣ ਤੁਸੀਂ ਦੇਖੋ i20 ਗੱਡੀ ਮਾਡਲ ਹੈ 2010 ਸਪੋਰਟਸ ਮਾਡਲ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਪਹਿਲਾਂ ਅੰਦਰੋਂ ਹੀ ਗੱਲ ਕਰ ਲੈਨੇ ਆ ਗੱਡੀ ਜਿਹੜੀ ਪੂਰੀ ਵਧੀਆ ਪਈ ਅੰਦਰੋਂ ਵੀ ਮਾਲਕ ਨੇ ਵਧੀਆ ਰੱਖੀ ਆ ਤੇ ਗੱਡੀ ਦੇ ਜਿਹੜੇ ਸੀਟ ਕਵਰ ਨੇ ਬਹੁਤ ਹੀ ਜ਼ਿਆਦਾ ਵਧੀਆ ਨੇ ਮੈਟਿੰਗ ਵਧੀਆ ਹੋਈ ਆ ਸਾਰਾ ਕੁਝ ਜਿੰਨੇ ਫੰਕਸ਼ਨ ਹੁੰਦੇ ਆ ਚੱਲਦੇ ਆ ਜੀ ਗੱਡੀ ਆਪਣੇ ਕੋਲੇ ਪਹੁੰਚੀ ਚੁੰਨੀਰ ਏਰੀਆ ਚੋਂ ਮਾਨਸਾ ਚ ਚੁੰਨੀਰ ਏਰੀਆ ਉੱਥੇ ਗੱਡੀ ਖੜੀ ਆ ਮਾਲਕ ਦੇ ਘਰੇ ਇੱਕ ਅੱਸੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਕਲਰ ਵਧੀਆ ਪਿਆ ਹਲਕੇ ਜਿਹਾ ਸਕਰੈਚ ਤੁਹਾਨੂੰ ਮਿਲਣਗੇ ਜਰੂਰ ਕਿਉਂਕਿ ਬੰਪਰਾਂ ਦੇ ਸਕਰੈਚ ਹੈਗੇ ਆ ਨੰਬਰ ਕਰ ਲਓ ਨੋਟ 97 795 32 598 ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਹੈ ਰਿਡਜ ਬੀਡੀਆ ਗੱਡੀ 2012 ਮਾਡਲ ਗੱਡੀ ਆ ਤੇ ਗੱਡੀ ਆਪਣੇ ਕੋਲੇ ਪਹੁੰਚੀ ਆ ਬਠਿੰਡੇ ਏਰੀਆ ਚੋਂ ਟਾਇਰ ਪਾਏ ਨੇ 65 70 ਪੈਸੇ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਵਧੀਆ ਸੀਟ ਕਵਰ ਵਗੈਰਾ ਜਿੰਨਾ ਕੁਝ ਹੁੰਦਾ ਸਾਰਾ ਕੁਝ ਵਧੀਆ ਪਿਆ ਪੰਜਾਬ ਨੰਬਰ ਗੱਡੀ ਆ ਜੇ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਤਾਂ ਕੰਡੀਸ਼ਨ ਵਧੀਆ ਪਰ ਸਕ੍ਰੈਚ ਆਪ ਨੂੰ ਮਿਲਣਗੇ ਜੀ ਸਕ੍ਰੈਚ ਹੈਗੇ ਗੱਡੀ ਤੇ ਵੀ ਤੇ ਬੰਪਰਾਂ ਤੇ ਵੀ ਬਾਕੀ ਚਲਾਉਣ ਚ ਕੋਈ ਨੁਕਸ ਨਹੀਂ ਸਰਵਿਸ ਵਗੈਰਾ ਮਾਲਕ ਨੇ ਸਾਰੀ ਕਰਵਾਈ ਹੋਈ ਹੈ ਕੱਲੀ-ਕੱਲੀ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਦੇਖਣਾ ਚਾਹੁੰਦੇ ਹੋ ਗੱਡੀ ਤਾਂ ਬਠਿੰਡੇ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਮਾਲਕ ਨੇ ਕੀਮਤ ਆਪਣੇ ਕੋਲੇ 235000 ਇੱਕ ਵਾਰੀ ਲਾ ਕੇ ਭੇਜੀ ਐ ਬਾਕੀ ਕੋਈ ਗੱਲ ਨਹੀਂ ਕਹਿੰਦੇ ਸੀਗੇ ਲੈਸ ਬਸ ਕਰ ਲਾਂਗੇ ਜਿੰਨਾ ਹੋਊਗਾ ਉਹਨਾਂ ਸਿੱ ਘਟਾ ਦਾਂਗੇ ਬਾਕੀ ਚਲਾਉਣ 'ਚ ਕੋਈ ਨੁਕਸ ਨਹੀਂ ਹੈਗਾ ਤੇ ਨਾ ਤਾਂ ਕੋਈ ਕਿਸੇ ਪਾਸੋਂ ਗਲੀ ਸੜੀ ਐ ਨਾ ਐਕਸੀਡੈਂਟ ਹੋਈ ਐ ਬਸ ਕੱਲੇ ਸਕ੍ਰੈਚ ਨੇ ਉਹ ਤੁਹਾਨੂੰ ਦਿਖਗੇ ਹੋਣਗੇ ਕਿਉਂਕਿ ਫੋਟੋਆਂ 'ਚ ਵੀ ਪਤਾ ਲੱਗ ਰਿਹਾ ਝੀ ਤੇ ਜਿਨ੍ਹਾਂ ਦੀ ਗੱਡੀ ਐ ਮਾਲਕ ਵੀਰ ਦਾ ਨੰਬਰ ਕਰੋ 986 993 93901 ਬਾਕੀ ਨੰਬਰ ਸਕਰੀਨ ਤੇ ਲਿਖਿਆ ਹੁੰਦਾ ਜੀ ਕੋਈ ਵੀ ਮੇਰੇ ਵੱਲੋਂ ਕੋਈ ਮਤਲਬ ਕਿ ਗਲਤੀ ਮਲਤੀ ਹੁੰਦੀ ਹੈ ਤਾਂ ਤੁਸੀਂ ਇੱਕ ਵਾਰੀ ਚੈੱਕ ਕਰ ਲਿਆ ਕਰੋ ਨੰਬਰ ਨੂੰ ਕਨਫਰਮ ਕਰ ਲਿਆ ਕਰੋ ਜੀ ਤੇ ਅੱਗੇ ਤੁਸੀਂ ਦੇਖੋ ਜੀ ਡਿਜ਼ਾਇਰ ਗੱਡੀ ਡਿਜ਼ਾਇਰ 16 ਮਾਡਲ ਆਪਣੇ ਕੋਲੇ ਮਾਲਕ ਨੇ ਭੇਜੀ ਆ ਜਮਾਂ ਨਵੀਂ ਕਾچی ਗੱਡੀ ਆ ਪੰਜਾਬ ਨੰਬਰ ਹੈ ਤੇ ਮਾਲਕ ਨੇ ਆਪਣੇ ਕੋਲੇ ਡਿਮਾਂਡ 5 ਲੱਖ ਤੇ 25 ਹਜ਼ਾਰ ਲਾ ਕੇ ਭੇਜਿਆ ਪੰਜਾਬ ਨੰਬਰ ਗੱਡੀ ਤਰਨ ਤਰਨ ਏਰੀਆ ਚੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਜੇ ਆਪਾਂ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਅੰਦਰੋਂ ਬਾਹਰੋਂ ਦੋਵੇਂ ਤੁਹਾਨੂੰ ਮੈਂ ਦੱਸ ਦਿੰਨੇ ਜਮਾਂ ਨਮੀ ਪਈ ਐ ਮਾਲਕ ਨੇ ਵਧੀਆ ਰੱਖੀ ਆ ਤੇ 90 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਐ ਮਾਲਕ ਬਾਹਰ ਦੇ ਨਹੀਂ ਬਾਹਰ ਗਏ ਹੋਈ ਐ ਜੀ ਉਹਨਾਂ ਦੀ ਗੱਡੀ ਐ ਤੇ ਨੰਬਰ ਵੀ ਆਪਾਂ ਨੂੰ ਬਾਹਰਲੇ ਮਿਲੂਗਾ ਕਰ ਲਓ ਤੁਸੀਂ ਨੋਟ ਜੇ ਤੁਸੀਂ ਆ ਗੱਡੀ ਖਰੀਦਣੀ ਹੋਵੇ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜਾ ਕੇ ਦੇਖ ਕੇ ਤੇ ਸਾਰਾ ਕੁਝ ਪੁੱਛ ਪਾਚ ਕੇ ਵਗਜੋ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਆ ਡਿਜ਼ਾਇਰ ਗੱਡੀ ਦੀ ਹੋਗੀ ਸਾਰੀ ਗੱਲ ਬਤਾਂਗੇ ਹੋਰ ਵੀ ਗੱਡੀਆਂ ਨੇ ਜਿੰਨੇ ਤੁਸੀਂ ਦੇਖ ਰਹੇ ਹੋ ਤਾਂ ਇੱਕ ਗੱਲ ਕਹਿਣੀ ਚਾਹੂ ਆ ਜੀ ਮੈਂ ਜਦੋਂ ਆਪਣੇ ਕੋਲੇ ਤੁਸੀਂ ਭੇਜ ਦਿਓ ਜੀ ਗੱਡੀ ਸੇਲ ਕਰਨ ਵਾਸਤੇ ਵੇਚਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜ ਕਰੋ ਤੁਹਾਨੂੰ ਪਤਾ ਹੀ ਹੁੰਦਾ ਜੀ ਤੁਹਾਡੀ ਗੱਡੀ ਕਿੰਨੇ ਕ ਰੇਟ ਦੀ ਹੈ ਉਹਨਾਂ ਕ ਰੇਟ ਲਾ ਕੇ ਭੇਜ ਕਰੋ ਜੀ ਤੇ ਆਪਾਂ ਐਡ ਕਰਦੇ ਆ ਜੀ ਹਰ ਏਰੀਆ ਚੋਂ ਹਰ ਗੱਡੀ ਦੀ ਉਠੀਆ ਚਾਹੀ ਮਕਾਨੇ ਘਰ ਚਾਹੀ ਗੱਡੀਆ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਉੱਪਰ ਜਿਹੜਾ ਲਿਖਿਆ ਰਹਿੰਦਾ 7814038764 ਉਸ ਨੰਬਰ ਤੇ ਵੀਡੀਓ ਵਧੀਆ ਜਾਣਕਾਰੀ ਤੇ ਫੋਟੋਆਂ ਭੇਜੋ ਜਲਦੀ ਐਡ ਤੁਹਾਡੀ ਲੱਗ ਜੂਗੀ ਆਪਾਂ ਕੋਈ ਇਦਾਂ ਨਹੀਂ ਹੈਗਾ ਇੱਕ ਏਰੀਆ ਚੋਂ ਕਰਦੇ ਆ ਜਾਂ ਇੱਕ ਸ਼ਹਿਰ ਚੋਂ ਕਰਦੇ ਆ ਠੀਕ ਹੈ ਜੀ ਆਪਾਂ ਹਰ ਏਰੀਆ ਚੋਂ ਕਰਦੇ ਆ ਚਾਹੀ ਰਾਜਸਥਾਨ ਚਾਹੀ ਪੰਜਾਬ ਹਰਿਆਣਾ ਜਿੱਥੋਂ ਮਰਜੀ ਤੁਸੀਂ ਭੇਜ ਦਿਓ ਤੁਹਾਡੀ ਐਡ ਚੈਨਲ ਤੇ ਲੱਗ ਹੀ ਜਾਣੀ ਹੈ ਜੀ ਤੇ ਹੁਣ ਆਪਾਂ ਕਰਾਂਗੇ ਅੱਗੇ ਫਿਰ ਤੋਂ ਵੀਡੀਓ ਆਪਣੀ ਸਟਾਰਟ ਆਪਣੇ ਕੋਲੇ ਅੱਜ Apache Mortsel ਭੇਜਿਆ ਜੀ RTR 180 CC ਤੇ ਮਾਡਲ 2012 ਤੇ ਮਾਨਸ ਏਰੀਆ ਚ ਆਪਣੇ ਕੋਲੇ ਪਹੁੰਚਿਆ ਹਾਂ 38000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾਕੇ ਭੇਜੀ ਆ ਬਾਕੀ ਕਹਿੰਦੇ ਸੀਗੇ ਰੇਟਾ ਜਿਹੜਾ ਕਰ ਲਾਂਗੇ ਬਾਕੀ ਟਾਇਰਾਂ ਚ ਅਲਾਈ ਲੱਗੇ ਹੋਇਆ ਵਧੀਆ ਮਾਲਕ ਨੇ ਮੋਟਰਸਾਈਕਲ ਰੱਖਿਆ ਹੋਇਆ ਜੀ ਚਲਾਉਣ ਚ ਕੋਈ ਨੁਕਸ ਨਹੀਂ ਆਸੀ ਵਗੈਰਾ ਨਾਲ ਬਾਕੀ ਤੁਹਾਡੇ ਸਾਹਮਣੇ ਤੁਸੀਂ ਖਰੀਦਣਾ ਹੋਵੇ ਆ ਮੋਟਰਸਾਈਕਲ ਤਾਂ ਮਾਲਕ ਨਾਲ ਗੱਲ ਕਰ ਲਓ ਤੇ ਰੇਟ ਤੁਸੀਂ ਆਪੇ ਉਹਨਾਂ ਨਾਲ ਹੀ ਮੁਕਾਉਣਾ ਹੈ ਕਿਉਂਕਿ ਉਹਨਾਂ ਨੇ ਹੀ ਰੇਟ ਆਪਣੇ ਕੋਲੇ ਅੰਨਾ ਲਾ ਕੇ ਭੇਜਿਆ ਜੀ 38000 ਤੇ ਨੰਬਰ ਕਰ ਲਓ ਨੋਟ ਜਿੰਨਾਂ ਦਾ ਇਹ ਮੋਸਲ ਹੈ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਤੇ ਹੁਣ ਤੁਸੀਂ ਦੇਖੋ ਜੀ ਇਨੋਵਾ ਗੱਡੀ ਟੋ요ਟਾ ਦੀ ਇਨੋਵਾ ਗੱਡੀ ਆਪਣੇ ਕੋਲੇ ਇਹਨਾਂ ਨੇ ਭੇਜੀ ਹੈ ਸੇਲ ਕਰਨ ਵਾਸਤੇ 2009 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਹੈ 3 ਲੱਖ 30 ਹਜ਼ਾਰ ਦੀ ਡਿਮਾਂਡ ਦੇ ਵਿੱਚ ਤੇ ਗੱਡੀ ਆਪਣੇ ਕੋਲੇ ਪਹੁੰਚੀ ਆ ਬਟਾਲੇ ਏਰੀਆ ਚੋਂ ਜੀ 85 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਆ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਚੀ ਕਿਉਂਕਿ ਨਾ ਤਾਂ ਕੋਈ ਕਿਸੇ ਪਾਸੋਂ ਐਕਸੀਡੈਂਟ ਹੋਈ ਆ ਨਾ ਕੋਈ ਡੈਮੇਜ ਹੋਈ ਆ ਮਾਲਕ ਨੇ ਗੱਡੀ ਆ ਜਿਹੜੀ ਵਧੀਆ ਰੱਖੀ ਆ ਵਧੀਆ ਘਰ ਦੀ ਗੱਡੀ ਆ ਠੀਕ ਆ ਜੀ ਘਰੇ ਖੜੀ ਆ ਜਿੰਨੀਆਂ ਗੱਡੀਆਂ ਤੁਸੀਂ ਦੇਖਿਆ ਸੀ ਸਾਰੀਆਂ ਦੀਆਂ ਸਾਰੀਆਂ ਘਰੇ ਲੋਕਲ ਹੀ ਖੜੀਆਂ ਆ ਜਿਹੜੀਆਂ ਮਾਲਕਾਂ ਦੀ ਹੁੰਦੀਆਂ ਘਰ ਦੀਆਂ ਗੱਡੀਆਂ ਠੀਕ ਆ ਜੀ ਫੈਮਿਲੀ ਗੱਡੀਆਂ ਉਹ ਨੰਬਰ ਕਰ ਲਓ ਨੋਟ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ 79 86842683 ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਹੈ Maruti 800 ਗੱਡੀ ਜਮਾ ਸਸਤੀ ਦੋ ਮਾਡਲ ਹੈ 37000 ਕੀਮਤ ਹੈ ਰੇਟ ਹੋ ਜਾਊਗਾ ਲੈਸ ਮਾਨਸਾ ਏਰੀਆ ਚੋਂ 70 75 ਪੈਸੇ ਟੈਰਾਂ ਦੀ ਕੰਡੀਸ਼ਨ ਨੰਬਰ ਕਰ ਲਓ ਨੋਟ 987436006 ਤੇ ਅੱਜ ਲਈ ਬਸ ਇੰਨੇ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਆਉਣ ਵਾਲੀ ਹਰ ਇੱਕ ਵੀਡੀਓ ਵਾਸਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਂਦੇ ਹੋ ਤਾਂ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਚੈਨਲ ਤੇ ਉਸ ਟਾਈਮ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਉਸ ਟਾਈਮ ਤੁਸੀਂ ਵੀਡੀਓ ਦੇਖ ਸਕੋਗੇ ਆਪਣੀ ਨਵੀਂ ਜੀ ਕਿਉਂਕਿ ਆਪਾਂ ਹਰ ਰੋਜ਼ ਨਵੀਂ ਗੱਡੀਆਂ ਦਾ ਗੱਡੀਆਂ ਦੇ ਨਾਲ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਬਾਕੀ ਲਾਈਕ ਜ਼ਰੂਰ ਕਰ ਦਿਓ ਸਾਰੇ ਸਾਰੇ ਜਣੇ ਜਿੰਨੇ ਤੁਸੀਂ ਦੇਖ ਰਹੇ ਹੋ ਬਾਕੀ ਬਹੁਤ ਬਹੁਤ ਸ਼ੁਕਰੀਆ ਸਾਰੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਜੀ ਜਲਦੀ